ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਕੁਛ ਸਥਿਤੀ ਦੇ ਵਿੱਚ ਸੁਧਾਰ ਦੇਖਦੇ ਹੋਏ 21 ਮਈ 2005 ਤੋਂ ਕੁਛ ਕਰਫਿਊ ਦੇ ਵਿੱਚ ਜਿਹੜੀ ਢਿੱਲ ਹੈਗੀ ਹੈ ਸੋਮਵਾਰ ਤੋਂ ਉਹਦਾ ਕੁਛ ਵਾਧਾ ਕੀਤਾ ਹੈਗਾ। ਸੋਮਵਾਰ ਭਾਵ 24 ਤਰੀਕ ਤੋਂ 24 ਮਈ ਤੋਂ ਇੱਕ ਤਾਂ ਸਵੇਰੇ 5 ਵਜੇ ਤੋਂ ਲੈ ਕੇ 1 ਵਜੇ ਤੱਕ ਦੁਪਹਿਰੇ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਸਾਰੇ ਤਰ੍ਹਾਂ ਦੇ ਅਦਾਰੇ ਖੁੱਲ੍ਹ ਸਕਦੇ ਨੇ, ਭਾਵ 1 ਘੰਟੇ ਦਾ ਜਿਹੜਾ ਵਰਕਿੰਗ ਟਾਈਮ ਵਧਾ ਦਿੱਤਾ ਗਿਆ। ਇਸ ਦੇ ਨਾਲੋਂ ਨਾਲ ਇਹ ਵੀ ਕਿਹਾ ਗਿਆ ਹੈਗਾ ਕਿ ਸ਼ਾਮ ਦੇ 8 ਵਜੇ ਤੱਕ ਵਰਕਿੰਗ ਡੇਜ਼ ਨੇ ਜਿਹੜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਜਿਹੜੇ ਢਾਬੇ ਰੇਸਤਰਾਂ ਕੋਈ ਕੌਫੀ ਹਾਊਸ ਨੇ, ਕੋਈ ਹਲਵਾਈ ਦੀਆਂ ਦੁਕਾਨਾਂ ਨੇ, ਬੇਕਰੀ ਹੈ, ਕੋਈ ਹੋਰ ਖਾਣ ਪੀਣ ਦਾ ਜਿਹੜੇ ਲੋਕ ਸਮਾਨ ਬਣਾਉਂਦੇ ਨੇ, ਉਹ ਲੋਕ ਰਾਤ ਦੇ 8 ਵਜੇ ਤੱਕ ਔਨਲਾਈਨ ਔਡਰ ਲੈ ਕੇ ਘਰੋਂ ਘਰੀ ਉਹਦੀ ਡਿਲੀਵਰੀ ਕਰ ਸਕਦੇ ਨੇ। ਜਿਸ ਟਾਈਮ 'ਤੇ ਇਹ ਖੁੱਲ੍ਹੇ ਹੋਣਗੇ 1 ਵਜੇ ਤੱਕ, ਜਿਵੇਂ ਹੋਰ ਦੁਕਾਨਾਂ ਖੁੱਲ੍ਹੀਆਂ ਹੋਣਗੀਆਂ ਉਸ ਸਮੇਂ 'ਤੇ ਟੇਕ ਅਵੇ ਅਲਾਊਡ ਹੈ, ਮਤਲਬ ਬੰਦਾ ਸਮਾਨ ਖਰੀਦੇ ਅਤੇ ਅੱਗੇ ਨਿਕਲ ਜੇ, ਪਰ ਅੰਦਰ ਮੇਜ਼ 'ਤੇ ਬਿਠਾ ਕੇ ਖਾਣ ਦੀ ਆਗਿਆ ਨਹੀਂ ਹੋਏਗੀ। ਔਰ ਬਹੁਤੀ ਵਾਰੀ ਇਹ ਦੇਖਿਆ ਗਿਆ ਕਿ ਔਨਲਾਈਨ ਡਿਲੀਵਰੀ ਦੇ ਨਾਮ ਦੇ ਉੱਪਰ ਕਈ ਵਾਰੀ ਰੈਸਟੋਰੈਂਟ, ਮੈਂ ਪਿਛਲੀ ਵਾਰ ਦੇਖਿਆ ਕਿ ਮਿੱਥੇ ਸਮੇਂ ਤੋਂ ਬਾਅਦ, ਭਾਵ 1 ਵਜੇ ਤੋਂ ਬਾਅਦ ਵੀ ਅੱਧਾ ਸ਼ਟਰ ਖੋਲ੍ਹ ਕੇ ਬਾਹਰ ਭੀੜ ਲਾ ਲੈਂਦੇ ਨੇ। ਜੇ ਕੋਈ ਰੈਸਟੋਰੈਂਟ ਗੋਲ ਗੱਪਿਆਂ ਵਾਲਾ ਜਾਂ ਕੋਈ ਵੀ ਜਿਹੜਾ ਖਾਣ ਪੀਣ ਵਾਲੇ ਸਮਾਨ ਦਾ ਇਸ ਢਿੱਲ ਦਾ ਨਜਾਇਜ਼ ਫਾਇਦਾ ਉਠਾ ਕੇ ਮੌਕੇ 'ਤੇ 1 ਵਜੇ ਤੋਂ ਬਾਅਦ ਕੋਈ ਵਿਕਰੀ ਕਰਦਾ ਪਾਇਆ ਗਿਆ ਔਨਲਾਈਨ ਤੋਂ ਇਲਾਵਾ, ਮਤਲਬ ਘਰ ਡਿਲੀਵਰੀ ਤੋਂ ਇਲਾਵਾ ਸਿੱਧਾ ਉੱਥੇ ਖੜ੍ਹ ਕੇ ਅਗਰ ਡਿਲੀਵਰੀ ਕਰਦਾ ਪਾਇਆ ਗਿਆ ਤਾਂ 31 ਤਰੀਕ ਤੱਕ ਪੱਕੀ ਉਹਦੀ ਦੁਕਾਨ 7-8 ਦਿਨ ਅਸੀਂ ਬੰਦ ਰੱਖਾਂਗੇ। ਮਤਲਬ ਹੋਰ ਕੀ ਸਾਡੇ ਕੋਲ ਇਲਾਜ ਹੈ? ਔਰ ਮੈਨੂੰ ਉਮੀਦ ਹੈ ਕਿ ਜਿੰਨਾ ਸਾਨੂੰ ਸਹਿਯੋਗ ਪਹਿਲਾਂ ਮਿਲਿਆ ਹੁਣ ਵੀ ਇਹ ਸਹਿਯੋਗ ਮਿਲਦਾ ਰਹੇਗਾ। ਇਸ ਤੋਂ ਇਲਾਵਾ ਈ ਕਾਮਰਸ ਕੰਪਨੀਆਂ ਜਿਵੇਂ ਕਿ ਐਮਾਜ਼ੋਨ ਹੈ ਜਾਂ ਹੋਰ ਜਿਹੜੀਆਂ ਔਨਲਾਈਨ ਡਿਲੀਵਰੀ ਕੋਈ ਫਲਿੱਪਕਾਰਟ ਵਗੈਰਾ ਕਰਦੀਆਂ ਨੇ, ਕੁਰੀਅਰ ਕੰਪਨੀਆਂ ਨੇ ਜਿਹੜੇ ਕੋਈ ਪਾਰਸਲ ਵਗੈਰਾ ਆਉਂਦੇ ਨੇ, ਡਾਕ ਵਿਭਾਗ ਜਿਹੜਾ ਹੈਗਾ ਇਹਨਾਂ ਦੇ ਕੋਈ ਪਾਰਸਲ ਬੋਆਇਜ਼ ਵਗੈਰਾ ਹੈਗੇ ਨੇ, ਇਹ ਕਰਫਿਊ ਪਾਸ ਲੈ ਕੇ ਵਰਕਿੰਗ ਡੇਜ਼ 'ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਦੇ 8 ਵਜੇ ਤੱਕ ਇਹ ਡਿਲੀਵਰੀ ਕਰ ਸਕਦੇ ਨੇ। ਇਸ ਤੋਂ ਇਲਾਵਾ ਮੈਂ ਸਪਸ਼ਟ ਕਰ ਦਾਂਗੇ, ਕਈ ਲੋਕ ਇਹ ਕਹਿ ਰਹੇ ਆ, ਮੈਂ ਇਹ ਔਡਰ 'ਚ ਕਲੀਅਰ ਲਿਖਿਆ ਕਿ ਇਸ ਤੋਂ ਇਲਾਵਾ ਬਾਕੀ ਸ਼ਰਤਾਂ ਜੋ ਪਹਿਲਾਂ ਵਾਲੀਆਂ ਸੀ, ਪਹਿਲਾਂ ਔਡਰ ਹੀ ਲਾਗੂ ਹੈ, ਉਹਦਾ ਮਤਲਬ ਇਹ ਵੀ ਸਪਸ਼ਟ ਹੈ ਕਿ ਜੋ ਵੀਕਐਂਡ ਕਰਫਿਊ ਹੈ ਸ਼ੁੱਕਰਵਾਰ ਨੂੰ 1 ਵਜੇ ਤੋਂ ਲੈ ਕੇ ਸੋਮਵਾਰ ਦੇ ਸੁਬਹਾ 5 ਵਜੇ ਤੱਕ ਉੱਦਾਂ ਹੀ ਲਾਗੂ ਰਹੂਗਾ। ਔਰ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਇਹ ਇੱਕ ਉਦਯੋਗਿਕ ਨਗਰੀ ਹੈ, ਇੱਥੇ 1 ਮਿੰਟ ਵੀ ਵਪਾਰ ਨਹੀਂ ਰੁਕ ਸਕਦਾ, ਪਰ ਇੱਥੋਂ ਦੇ ਵਪਾਰੀਆਂ ਨੇ ਜਿੰਨਾ ਸਹਿਯੋਗ ਦਿੱਤਾ ਇਹ ਸਿਰਫ ਸਿਹਰਾ ਤੁਹਾਨੂੰ ਜਾਂਦਾ ਹੈ ਕਿ ਤੁਸੀਂ ਔਡਰਾਂ ਨੂੰ ਕਿਹੜੇ ਮੱਥੇ ਪ੍ਰਵਾਨ ਕਰਕੇ ਇਹ ਜਿਹੜੀ ਆਪਾਂ ਸਖਤੀ ਕੀਤੀ, ਇਹ ਸਖਤੀ ਦੇ ਤਾਬੇ ਹੀ ਹੈ ਕਿ ਆਪਣੀ ਜਿਹੜੀ ਪੋਜ਼ਿਟਿਵਿਟੀ ਦਰ ਅੱਜ ਤੋਂ 15 ਦਿਨ ਪਹਿਲਾਂ 22-23% 'ਤੇ ਪਹੁੰਚ ਗਈ ਸੀ, ਕੱਲ੍ਹ ਉਹ ਘੱਟ ਕੇ 5% ਰਹੇਗੀ ਔਰ ਅੱਜ 4.5% ਰਹੇਗੀ। ਮੌਤਾਂ ਜ਼ਰੂਰ ਪਿਛਲੇ ਹਫ਼ਤੇ ਜ਼ਿਆਦਾ ਹੋਈਆਂ ਨੇ, ਉਹ ਕਾਰਨ ਇਹ ਹੈ ਕਿ ਜੋ 15 ਦਿਨ ਪਹਿਲਾਂ ਗੰਭੀਰ ਮਰੀਜ਼ ਸੀਗੇ ਜਦੋਂ ਆਪਣੀ ਪੂਰੀ ਪੀਕ ਸੀਗੀ, ਉਹ ਹੌਲੀ ਹੌਲੀ ਕਰਕੇ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਜਾਨ ਜਾਣ ਤੱਕ ਦੀ। ਸੋ ਹੁਣ ਵੀ ਜਿਹੜਾ ਆਪਾਂ ਇਹ ਆਪਾਂ ਨੂੰ ਇਨੀਸ਼ੀਅਲ ਲਾਭ ਮਿਲਿਆ ਇਸ ਜੰਗ ਦੇ ਵਿੱਚ, ਆਪਾਂ ਨੂੰ ਜਿਹੜੀ ਬੜਤ ਮਿਲੀ ਹੈ, ਆਪਾਂ ਮੈਨੂੰ ਲੱਗਦਾ ਕਿ ਬੜੀ ਜਲਦੀ ਆਪਾਂ ਇਸ 'ਚ ਬਾਹਰ ਆ ਜਾਵਾਂਗੇ, ਇਹਨੂੰ ਆਪਾਂ ਗਵਾਉਣ ਦਾ ਰਿਸਕ ਨਹੀਂ ਲੈ ਸਕਦੇ। ਕਈ ਲੋਕ ਕਹਿਣ ਵੀ ਹੁਣੇ ਗੇੜੀਆਂ ਮਾਰਨ ਲੱਗ ਜਾਈਏ, ਫਿਰ ਆਪਣੀ ਸਥਿਤੀ ਜੇ ਦੁਬਾਰਾ ਖਰਾਬ ਹੋ ਗਈ ਤਾਂ ਹੋਰ ਸ਼ਹਿਰਾਂ ਵਰਗੇ ਹਾਲਾਤ ਹੋ ਜਾਣਗੇ। 31 ਤਰੀਕ ਤੱਕ ਤੁਸੀਂ ਸਾਡਾ ਸਹਿਯੋਗ ਦਿਓ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਕਿ ਜਦੋਂ ਹਾਲਾਤ ਹੋਰ ਸੁਧਰਨਗੇ ਤਾਂ 31 ਤੋਂ ਬਾਅਦ ਅਸੀਂ ਇਹਨੂੰ ਹੋਰ ਢਿੱਲ ਦੇਣ ਬਾਰੇ ਇਸ 'ਤੇ ਕਰਾਂਗੇ। ਔਰ ਮੈਂ ਪਹਿਲੇ ਦਿਨ ਤੋਂ ਜੋ ਗੱਲ ਕਹਿੰਦਾ ਰਿਹਾ ਹੈਗਾ, ਸਾਡੀ ਇੱਛਾ ਇਹ ਹੈ ਕਿ 24 ਘੰਟੇ ਨੋਰਮਲ ਬਿਜ਼ਨਸ ਚੱਲਣਾ ਚਾਹੀਦਾ ਹੈਗਾ। ਦੋ ਗੱਲਾਂ ਹੋਰ ਅਖੀਰ 'ਚ ਮੈਂ ਕੁਇਕਲੀ ਦੱਸਣਾ ਚਾਹੂੰਗਾ, ਪਿੰਡਾਂ ਦੇ ਵੀਰ ਅਤੇ ਭੈਣਾਂ, ਪਿੰਡਾਂ ਵੱਲ ਵੀ ਇਹ ਬਿਮਾਰੀ ਜਾ ਰਹੀ ਹੈ, ਘਬਰਾਉਣਾ ਨਹੀਂ, ਟੈਸਟ ਕਰਾਓ। ਟੈਸਟ ਕਰਾ ਕੇ ਤੁਸੀਂ ਆਪਦੇ ਘਰ ਰਹਿ ਸਕਦੇ ਹੈਗੇ ਹੋ। ਜੇ ਤੁਹਾਨੂੰ ਕੋਈ ਆਕਸੀਜਨ ਦੀ ਲੋੜ ਪੈਂਦੀ ਹੈ, ਫਤਿਹ ਕਿੱਟ ਤੁਹਾਡੇ ਘਰ ਅਸੀਂ ਪਹੁੰਚਾਵਾਂਗੇ, ਸਾਰੇ ਸਰਕਾਰੀ ਹਸਪਤਾਲਾਂ 'ਚ ਬਿਲਕੁਲ ਫ੍ਰੀ ਹੈ। ਰਾੜਾ ਸਾਹਿਬ 'ਚ ਅਸੀਂ ਤੁਹਾਡੇ ਲਈ ਬੈੱਡਾਂ ਦਾ ਇੰਤਜ਼ਾਮ ਕਰਤਾ, ਖੰਨਾ ਦਾ ਸਿਵਲ ਹਸਪਤਾਲ, ਜਗਰਾਉਂ ਦਾ ਸਿਵਲ ਹਸਪਤਾਲ, ਰਾਏਕੋਟ ਦਾ ਸਿਵਲ ਹਸਪਤਾਲ, ਜਵੱਦੀ ਦਾ ਸਿਵਲ ਹਸਪਤਾਲ, ਮੈਰੀਟੋਰੀਅਸ ਸਕੂਲ, ਵਰਧਮਾਨ ਦਾ ਸਿਵਲ ਹਸਪਤਾਲ, ਮੇਨ ਮੁੱਖ ਸਾਡਾ ਜ਼ਿਲ੍ਹਾ ਹਸਪਤਾਲ, ਸਾਰੇ ਬਿਲਕੁਲ ਫ੍ਰੀ ਤੁਹਾਡੇ ਇਲਾਜ ਲਈ ਤਿਆਰ ਬਰ ਤਿਆਰ ਨੇ। ਇਸ ਤੋਂ ਇਲਾਵਾ ਹੰਬੜਾ ਰੋਡ ਔਰ ਮੁੰਡੀਆਂ ਜਿਹੜਾ ਹੈਗੀ ਹੈ, ਦੋਨੇ ਥਾਵਾਂ 'ਤੇ ਰਾਧਾ ਸਵਾਮੀ ਸਤਸੰਗ ਘਰ, ਉਹਨਾਂ 'ਚ ਵੀ ਤੁਹਾਡੇ ਲਈ ਤਿਆਰੀ ਸਾਡੀ ਪੂਰੀ ਹੈ। ਰਾੜਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਾਲੀ ਪਾਇਲ ਦੇ ਏਰੀਏ 'ਚ ਸਾਡੀ ਤਿਆਰੀ ਪੂਰੀ ਹੈ। ਸੋ ਇਸ ਤੋਂ ਇਲਾਵਾ ਹੋਰ ਧਾਰਮਿਕ ਸੰਸਥਾਵਾਂ ਜਿਵੇਂ ਇੱਕ ਵਿਕਲਾਂਗ ਸੈਂਟਰ ਦੇ ਵਿੱਚ ਕਿਸੇ ਨੇ ਆਪਣਾ ਸੈਂਟਰ ਖੋਲ੍ਹਿਆ ਹੈਗਾ, ਕਈ ਚੈਰੀਟੇਬਲ ਸੰਸਥਾਵਾਂ ਨੇ ਆਪਣੇ ਸੈਂਟਰ ਖੋਲ੍ਹੇ ਹੈਗੇ ਆ, ਕੋਈ ਬਿਲਕੁਲ ਨਹੀਂ ਘਬਰਾਉਣਾ, ਟੈਸਟ ਕਰਾਓ। ਜੇ ਕੋਈ ਬੰਦੇ ਕੋਲ ਪੈਸੇ ਨਹੀਂ ਹੈਗੇ ਉਹ ਇਹਨਾਂ ਸੈਂਟਰਾਂ 'ਤੇ ਆਵੇ, ਅਸੀਂ ਬਿਲਕੁਲ ਫ੍ਰੀ ਇਲਾਜ ਕਰਾਂਗੇ। ਆਕਸੀਜਨ ਆਮੋ ਆਮ ਹੈ, ਆਕਸੀਜਨ ਦੀ ਸਾਡੇ ਕੋਲ ਕੋਈ ਕਮੀ ਨਹੀਂ, ਸਰਕਾਰ ਨੇ ਛੱਡੀ। ਅਖੀਰ 'ਚ ਇੱਕ ਗੱਲ ਹੋਰ, ਬਲੈਕ ਫੰਗਸ ਦਾ ਬੜਾ ਆ ਰਿਹਾ। ਫੰਗਸ ਕੀ ਹੁੰਦੀ ਹੈ? ਇੱਕ ਤਾਂ ਅੰਗਰੇਜ਼ੀ ਬੜੀ ਜਲਦੀ ਸਾਡੇ ਬੰਦੇ ਬੋਲਣ ਲੱਗ ਜਾਂਦੇ, ਉੱਲੀ ਹੁੰਦੀ ਹੈ।
ਜੇ ਤੁਸੀਂ ਰੋਟੀ ਪਾਣੀ ਗਿੱਲਾ ਧਰ ਦਿਓ ਤਾਂ ਉਸ 'ਤੇ ਉੱਲੀ ਆ ਜਾਂਦੀ ਹੈ, ਤੁਸੀਂ ਦੇਖਿਆ ਖਾਣ ਪੀਣ ਦੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ, ਐਵੇਂ ਜੀ ਕਰੀ ਸਾਡੇ ਸਰੀਰ 'ਤੇ ਹਰੇਕ ਹਵਾ 'ਚ ਉੱਲੀ ਘੁੰਮਦੀ ਰਹਿੰਦੀ ਹੈ। ਜੇ ਕੋਈ ਬੰਦਾ ਕਮਜ਼ੋਰ ਹੋਊਗਾ ਤਾਂ ਉਹਦੇ ਸਰੀਰ ਨੂੰ ਵੀ ਉੱਲੀ ਖਾਣਾ ਸ਼ੁਰੂ ਕਰ ਦਿੰਦੀ ਹੈ। ਕਈ ਡਾਕਟਰ ਜਿਵੇਂ ਕੋਈ ਨਿੱਕੇ ਮੋਟੇ ਡਾਕਟਰਾਂ ਤੋਂ ਦਵਾਈ ਲੈ ਲਈ ਜਾਂ ਸਹੀ ਇਲਾਜ ਨਹੀਂ ਕਰਾਇਆ, ਬਹੁਤ ਦਿਨ ਸਟੀਰੋਇਡ ਖਾਂਦੇ ਰਹੇ, ਤਾਂ ਉਸ ਬੰਦੇ ਦੀ ਰੋਗ ਵਿਰੋਧੀ ਸ਼ਕਤੀ ਘੱਟ ਜਾਂਦੀ ਹੈ। ਜਦੋਂ ਰੋਗ ਵਿਰੋਧੀ ਸ਼ਕਤੀ ਆਪਣੀ ਘੱਟਦੀ ਹੈ ਤਾਂ ਉਹ ਉੱਲੀ ਜਿਹੜੀ ਹੈਗੀ ਹੈ ਹਵਾ 'ਚ ਵੈਸੇ ਹੀ ਘੁੰਮਦੀ ਰਹਿੰਦੀ ਹੈ। ਜਿਵੇਂ ਰੋਟੀ ਖੁੱਲ੍ਹੇ 'ਚ ਪਈ ਹੈ ਉਹਨੂੰ ਵੀ ਤਾਂ ਉੱਲੀ ਲੱਗਦੀ ਹੈ, ਕੋਈ ਆਪਾਂ ਜਾ ਕੇ ਥੋੜ੍ਹੀ ਲਾਉਂਦੇ ਹਾਂ, ਫਰਿੱਜ 'ਚ ਪਈਆਂ ਚੀਜ਼ਾਂ ਨੂੰ ਕੋਈ ਵਾਰੀ ਉੱਲੀ ਲੱਗ ਜਾਂਦੀ ਹੈ। ਸੋ ਐਵੇਂ ਬੰਦਿਆਂ ਨੂੰ ਵੀ ਉੱਲੀ ਲੱਗ ਜਾਂਦੀ ਹੈ, ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਇੱਕ ਤਾਂ ਬੜੀ ਸੋਚ ਸਮਝ ਕੇ ਦਵਾਈ ਲਿਓ, ਜ਼ਰੂਰਤ ਤੋਂ ਪਹਿਲਾਂ ਜਿਵੇਂ ਬੁਖਾਰ ਚੜਿਆ ਜਦ ਤੱਕ ਵੱਡੇ ਡਾਕਟਰ ਨੂੰ ਚੈੱਕ ਨਹੀਂ ਕਰਾ ਲੈਂਦੇ, ਕੋਈ ਲੋਕਲ ਇੰਜੈਕਸ਼ਨ ਜਾਂ ਸਟੀਰੋਇਡ ਨਾ ਲਵਾਓ, ਸਿੰਪਲੀ ਪੈਰਾਸੀਟਾਮੋਲ ਜਾਂ ਵਿਟਾਮਿਨ ਸੀ ਦੀਆਂ ਗੋਲੀਆਂ ਲਓ। ਹਸਪਤਾਲਾਂ ਦੇ ਵਿੱਚ ਵੀ ਕਈ ਵਾਰ ਲੋਕ ਜਾ ਕੇ ਰਿਵਾਜ਼ ਬਣਿਆ ਵੀ ਟੋਸੀਲੀ ਜਮੈਬ ਦੇ ਦਿਓ ਜੀ, ਇੱਕ ਆਈਟੋਲੀ ਜਮੈਬ ਇੱਕ ਚੱਲੀ ਹੈ, ਵਿਕੋ ਜਮੈਬ ਚੱਲੀ ਹੈ। ਇਹ ਸਾਰੀਆਂ ਦਵਾਈਆਂ ਕੀ ਹੈ ਕਿ ਜਿਹੜਾ ਕਰੋਨਾ ਦਾ ਵਾਇਰਸ ਆਪਣੇ ਸਰੀਰ ਨੂੰ ਹੀ ਆਪਣਾ ਸਰੀਰ ਖਾਣ ਲੱਗ ਜਾਂਦਾ, ਅਤੇ ਇੱਕ ਤਰ੍ਹਾਂ ਨਾਲ ਰੋਗ ਪ੍ਰਤੀਰੋਧੀ ਸ਼ਕਤੀ ਆਪਣੀ ਇਮਿਊਨ ਪਾਵਰ ਨੂੰ ਆਪਾਂ ਘੱਟ ਕਰਦੇ ਹਾਂ ਇਹਨਾਂ ਦਵਾਈਆਂ ਨਾਲ। ਇਹ ਦੇਖੋ ਦੇਖੀ ਇਹ ਨਹੀਂ ਹੈ ਵੀ ਇਹ ਦਵਾਈਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਜਾਂ ਅੰਨੇਵਾਹ ਇਹਨਾਂ ਦੇ ਪੈਸੇ ਖਰਚਣੇ ਸ਼ੁਰੂ ਕਰ ਦੇਣੇ ਹੈ, ਜਦੋਂ ਡਾਕਟਰ ਕਹੂਗਾ ਉਦੋਂ ਲੈਣੀ ਹੈ। ਕਿਉਂਕਿ ਜੇ ਆਪਾਂ ਰੋਗ ਪ੍ਰਤੀਰੋਧੀ ਸ਼ਕਤੀ ਜ਼ਰੂਰਤ ਵੱਧ ਐਵੇਂ ਘਟਾ ਲਈ, ਫਿਰ ਇਹ ਬਲੈਕ ਫੰਗਸ ਵਰਗੀਆਂ ਸਮੱਸਿਆਵਾਂ ਆਉਂਦੀਆਂ ਨੇ। ਹੁਣ ਤੱਕ ਲੁਧਿਆਣੇ ਜ਼ਿਲ੍ਹੇ 'ਚ 30 ਕੇਸ ਇਹਦੇ ਆਏ ਨੇ, ਜਿਨ੍ਹਾਂ 'ਚੋਂ ਇੱਕ ਓਸਵਾਲ ਹਸਪਤਾਲ 'ਚ, CMC 'ਚ 2, ਦੀਪ 'ਚ 4, DMC 'ਚ 16, SPH 6, ਫੋਰਟਿਸ 'ਚ 1। ਇਹ ਵੈਲ ਵਿਦਿਨ ਮੈਨੇਜੇਬਲ ਹੈਗੀ ਹੈ, ਔਰ ਡਾਕਟਰਸ ਨੇ ਇਹਦਾ ਜਿਹੜਾ ਪ੍ਰੋਟੋਕੋਲ ਹੈ ਉਹ ਬਣਾ ਲਿਆ। ਇੱਕ ਤਾਂ ਇਹ ਕਿਵੇਂ ਲੱਗਦੀ ਹੈ ਵੀ ਜਦੋਂ ਆਕਸੀਜਨ ਲੱਗਦੀ ਹੈ, ਜੇ ਗੰਦੇ ਪਾਣੀ ਦੇ ਵਿੱਚ ਦੀ ਬੁਲਬਲੇ ਨਿਕਲ ਕੇ ਉਹਦੇ ਜਾਂਦੇ ਰਹਿਣ ਤਾਂ ਲੱਗਦੀ ਹੈ, ਇੱਕ ਬਹੁਤੇ ਸੇਵਨ ਦੇ ਨਾਲ ਲੰਬੇ ਸਮੇਂ ਤੱਕ ਸਟੀਰੋਇਡ ਦੇ ਨਾਲ ਲੱਗਦੀ ਹੈ। ਤਾਂ ਇਹ ਦੋਨਾਂ ਚੀਜ਼ਾਂ ਦਾ ਅਵੋਇਡ ਕਰਨਾ, ਘਰ ਬੈਠ ਕੇ ਕਈ ਬੰਦੇ ਆਕਸੀਜਨ ਲਾਉਂਦੇ ਰਹਿੰਦੇ ਆ, ਪੂਰੇ ਸਿਸਟਮ ਨੂੰ, ਮਾਸਕ ਨੂੰ ਜਿਹੜੇ ਵਿੱਚ ਤੁਸੀਂ ਵਿੱਚੋਂ ਪਾਣੀ ਪਾਉਂਦੇ ਹੋ, ਆਪਣੇ ਡਾਕਟਰ ਦੀ ਸਲਾਹ ਨਾਲ ਕਰਕੇ ਸਾਰਾ ਸਾਫ਼ ਸੁਥਰਾ ਕਰਕੇ ਫਿਰ ਆਕਸੀਜਨ ਲਾਉਣੀ ਹੈ। ਅੱਬਲ ਤਾਂ ਡਾਕਟਰ ਦੇ ਮੂਹਰੇ ਹੀ ਲਾਉਣੀ ਹੈ, ਤਾਂ ਹੀ ਅਸੀਂ ਘਰਾਂ 'ਚ ਅੱਜ ਤੱਕ ਆਕਸੀਜਨ ਦੇ ਸਿਲੰਡਰ ਦੇਣ ਤੋਂ ਬਚਦੇ ਰਹੇ ਹਾਂ। ਪਰ ਹੁਣ ਸਾਡੇ ਕੋਲ ਆਕਸੀਜਨ ਕੰਸੈਂਟ੍ਰੇਸ਼ਨ ਬੈਂਕ ਵੀ ਹੈਗਾ, ਤੁਸੀਂ ਜਦੋਂ ਮਰਜ਼ੀ ਰੈੱਡ ਕ੍ਰੋਸ ਆ ਗਏ, ਜਿੰਨੇ ਮਰਜ਼ੀ ਚੱਕੋ, ਸਾਡੇ ਕੋਲ ਤਾਂ 100 ਦੇ ਕਰੀਬ ਆ ਗਏ। ਕਈ ਸੰਸਥਾਵਾਂ, ਇੱਕ ਰਾਊਂਡ ਟੇਬਲ ਇੰਡੀਆ ਹੈਗੀ ਹੈ ਉਹ ਦੇ ਰਹੇ ਹੈ, ਹੋਰ ਕੋਈ ਹੈ, ਕੋਈ ਮਿਸਟਰ ਮਿੱਕੀ ਹੈਗੇ ਨੇ, ਹੋਰ ਕਈ ਸੰਸਥਾਵਾਂ ਨੇ, ਚੈਰੀਟੇਬਲ, ਕਿਹਦਾ ਕਿਹਦਾ ਨਾਂ ਲਵਾਂ, ਬਹੁਤਾਂ ਨੇ। ਆ ਪਿੱਛੇ ਜੇ IOC ਗਰੁੱਪ ਹੈ ਕੈਮੀਕਲਸ ਦਾ ਬਰਨਾਲੇ ਦਾ, ਉਹ 30 ਸਾਨੂੰ ਕੰਸਨਟ੍ਰੇਟਰ ਕੱਲ੍ਹ ਦਾਨ ਦੇ ਕੇ ਗਏ ਹੈ। ਸੋ ਕੰਸਨਟ੍ਰੇਟਰਸ ਦੀ, ਆਕਸੀਜਨ ਦੀ ਕੋਈ ਕਮੀ ਨਹੀਂ ਹੈ, ਪਰ ਚੀਜ਼ ਆਪਾਂ ਉਨੀ ਲੈਣੀ ਹੈ ਜਿੰਨੇ ਦੀ ਆਪਾਂ ਨੂੰ ਲੋੜ ਹੈ। ਖਾਮਖਾ ਦੀ ਮੁਸੀਬਤ ਨਹੀਂ ਸਹੇੜਨੀ, ਇਹ ਜਿੱਤਣਯੋਗ ਹੈ ਬਿਮਾਰੀ, ਆਪਾਂ ਰਲ ਕੇ ਜਿੱਤਾਂਗੇ। 31 ਤਰੀਕ ਤੱਕ ਧੰਮਲ ਰੱਖੋ, ਉਸ ਤੋਂ ਬਾਅਦ ਵੀ ਆਪਾਂ ਇੱਕ ਦੂਜੇ ਦਾ ਧਿਆਨ ਰੱਖਣਾ ਹੈਗਾ, ਔਰ ਆਪਾਂ ਤੀਜੀ ਵੇਵ ਤੋਂ ਬਚ ਕੇ ਰਹਿਣਾ ਹੈਗਾ। ਥੈਂਕ ਯੂ।